मगरों धक्के शाही कर दिया ही इहदे नाल बलात्कार भी करदा ही इन्होंने 5-4 वारी कीता है किन्ने बच्चे किन्ने तुहाडे बच्चे दो है की फिर उन्हें तुहाडे नाल कोई शरीरक संबंध भी बनाए हां किन्नी वार 2-3 वारी धमकियां मारदा है कि तेरा मैं पिंड छड़ा दूंगा कि अग्गे भी मैनूं 15 मुंडे लै के पिया ही 2-3 वारी गलत काम कीता मेरे नाल लागे पहली है करके ਨਾਲ ਨਿਆਣੀ ਸਕੂਲੇ ਜਾਂਦਾ ਜਦੋਂ ਘਰ ਵਾਲਾ ਖੇਤ ਨੂੰ ਜਾਂਦਾ ਫਿਰ ਗੁਆਂਢੀ ਲਾਗੇ ਹੈਗਾ ਉਹਨਾਂ ਦੇ ਨਾਮ ਰਾਜ ਕੇ ਰਾਜਵੀਰ ਨੇ ਕਿੰਨੇ ਬੱਚੇ ਕਿੰਨੇ ਤੁਹਾਡੇ ਬੱਚੇ 2 ਹੈ ਕੀ ਫਿਰ ਉਹਨੇ ਤੁਹਾਡੇ ਨਾਲ ਕੋਈ ਸਰੀਰਕ ਸੰਬੰਧ ਵੀ ਬਣਾਏ ਹਾਂ ਕਿੰਨੀ ਵਾਰ 2-3 ਵਾਰੀ ਉਹਨਾਂ ਨੂੰ ਥਾਣੇ ਪੇਸ਼ ਕਰਕੇ ਮੇਰੇ ਹੱਥੇ ਮਾਰਨੇ ਚਾਹੀਦੇ ਨੇ ਹਾਂਜੀ ਭੈਣ ਜੀ ਦੇ ਕਿੰਨੀ ਵਾਰ ਉਹਨੇ ਤੁਹਾਡੇ ਨਾਲ ਸਰੀਰਕ ਸੰਬੰਧ ਬਣਾਏ ਆ 2-3 ਵਾਰੀ ਗਲਤ ਕੰਮ ਕੀਤਾ ਮੇਰੇ ਨਾਲ ਤੇ ਉਹ ਜਦੋਂ ਤੁਸੀਂ ਆਪਦੇ ਪਰਿਵਾਰ ਨੂੰ ਪਤੀ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਮੈਂ ਡਰ ਕੇ ਨਹੀਂ ਦੱਸਿਆ ਲੜਾਈ ਨਾ ਹੋਗਾ ਨਾ ਮਾਰਨਾ ਬਹੁਤ ਹੀ ਵੱਡਾ ਗੱਲ ਨਾ ਹੋਗਾ ਤਾਂ ਇਹ ਨਹੀਂ ਦੱਸਿਆ ਕੀ ਕੀ ਦਰਵਾਜ਼ਾ ਦਿੰਦਾ ਤੁਹਾਨੂੰ ਰਾਜਵੀਰ ਸਿੰਘ ਉਹਨਾਂ ਨੇ ਧਮਕਾ ਦਰਾਉਂਦਾ ਆਖਿਆ ਉਹ ਥੋੜ੍ਹੀ ਜਿਹੀ ਵੱਡੇ ਹੈ ਨਾ ਉਹ ਦੱਸਦੇ ਤਾਂ ਘਰਵਾਲਿਆਂ ਨੂੰ ਕਿੱਥੇ ਦੁੱਧ ਪਾਉਣ ਜਾਊਂਗੀ ਤੂੰ ਉੱਥੇ ਗੱਡੀ ਗੁੱਡੀ ਮਾਰ ਦੇਣਾ ਨਾਲ ਆਖੇ ਬੱਚੇ ਨੂੰ ਸਕੂਲੇ ਜਾਏਗੀ ਤੂੰ ਕਿੱਥੇ 700 ਲਵਾਰ ਨੇ ਮਾਰ ਦੇਣੀ ਤੁਸੀਂ ਆਪਦੀ ਮਰਜ਼ੀ ਨਾਲ ਇਹ ਬਿਆਨ ਦੇ ਦਿੰਦਾ ਜੀ ਜਦੋਂ ਮੈਂ ਖੇਤ ਨੂੰ ਚਲੇ ਜਾਂਦਾ ਹਾਂ ਤੇ ਜਿਹੜਾ ਲਾਗੇ ਰਾਜਵੀਰ ਸਿੰਘ ਆ ਤੇ ਬਲਵਰ ਸਿੰਘ ਆ ਤੇ ਇਹਨੂੰ ਸੂਚਨਾ ਦਿੰਦੇ ਸੀ ਕਿ ਉਹ ਖੇਤੋਂ ਚਲੇ ਗਿਆ ਹੈ ਤੇ ਇਹ ਮੁੜ ਕੇ ਮਗਰੋਂ ਧੱਕੇਸ਼ਾਹੀ ਕਰਦੇ ਆ ਇਹਦੇ ਨਾਲ ਬਲਾਤਕਾਰ ਵੀ ਕਰਦਾ ਸੀ ਤੇ ਇਹਨਾਂ ਉਹਨੇ 5-4 ਵਾਰੀ ਕੀਤਾ ਹੈ ਤੇ ਅੱਗੇ ਵੀ ਭੱਜ ਆਇਆ ਹੈ ਤੇ ਨਹੀਂ ਰਾਤ ਪਤਾ ਲੱਗਾ ਇਸ ਕਰਕੇ ਹੁਣ ਪਤਾ ਲੱਗ ਗਿਆ ਹੈ ਅਤੇ ਪੁਲਿਸ ਨੂੰ ਅਸੀਂ ਸੂਚਨਾ ਦਿੱਤੀ ਆ ਅਤੇ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਅਤੇ ਸਾਡੀ ਹੱਕ ਰਸੀ ਉਹਨਾਂ ਚਿਰ ਨਹੀਂ ਹੁੰਦੀ ਕਿ ਜਿੰਨਾ ਚਿਰ ਇਹਦੇ ਉੱਤੇ ਬਲਾਤਕਾਰ ਦਾ ਕੇਸ ਨਹੀਂ ਪੈਂਦਾ ਕਿੱਥੇ ਕਿੱਥੇ ਦਰਖਾਸਤ ਦਿੱਤੀ ਤਾਂ ਇੱਕ ਦਿੱਤੀ SHO ਖਾਲੜੇ ਨੂੰ ਇੱਕ ਦਿੱਤੀ ਆ DSP ਸਾਹਿਬ ਭਿੱਖੀਵਿੰਡ ਇੱਕ SSP ਸਾਹਿਬ ਤਰਨ ਤਾਰਨ ਅਤੇ ਕੋਈ ਕਾਰਵਾਈ ਨਹੀਂ ਹੋਈ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੋ ਕਿ ਸੁਣਵਾਈ ਸਾਡੀ ਪਿਸ਼ੌਰ ਸਿੰਘ ਨਹੀਂ ਹੋਣ ਦਿੰਦਾ ਉਲਟੀਆਂ ਉਹਦਾ ਭਰਾ ਜਿਹੜਾ ਬਲੌਰ ਸਿੰਘ ਆ ਧਮਕੀਆਂ ਮਾਰਦਾ ਹੈ ਕਿ ਤੇਰਾ ਮੈਂ ਪਿੰਡ ਛੱਡਾ ਦੂੰਗਾ ਕਿ ਅੱਗੇ ਵੀ ਮੈਨੂੰ 15 ਮੁੰਡੇ ਲੈ ਕੇ ਪਿਆ ਸੀ ਅਤੇ ਮੈਂ ਅੰਦਰ ਵੜ ਕੇ ਅਤੇ ਪੁਲਿਸ ਨੂੰ ਤਲਾਹ ਦਿੱਤੀ ਸੀ ਅਤੇ ਪੁਲਿਸ ਮੈਨੂੰ ਮੁੜ ਕੇ ਅੰਦਰ ਲੈ ਆਈ ਸੀ ਅੰਦਰੋਂ ਕੱਢ ਕੇ ਅਤੇ ਮੈਨੂੰ ਇਹਦਾ ਡਰ ਹੀ ਡਰ ਆ ਨਾਲ ਇੱਥੇ ਵੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਅਤੇ ਤੁਹਾਡੇ ਘਰਦੇ ਨੇ ਤੁਹਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਇਹਨੇ ਦਰਦੀ ਨਹੀਂ ਦੱਸਿਆ ਵਿਚਾਰੀ ਨੇ ਇਹ ਗੁਹਾਟੀ ਦੇ ਰਹਿਣ ਵਾਲੀ ਸੀ ਅਤੇ ਮੈਨੂੰ ਕਿਤੇ ਮਾਰੇ ਕੁੱਟੇ ਨਾ ਅਤੇ ਹੁਣ ਉਹ ਬੰਦਾ ਮੈਂ ਆਪਣੇ ਅੱਖੀਂ ਵੇਖ ਲਿਆ ਹੈ ਅਤੇ ਇਸ ਕਰਕੇ ਇੱਥੇ ਕਾਰਵਾਈ ਜ਼ਰੂਰ ਕੀਤੀ ਜਾਵੇ ਨਹੀਂ ਤਾਂ ਮੇਰੀ ਕੋਈ ਅੱਕ ਰੱਸੀ ਨਹੀਂ ਹੋ ਸਕਦੀ ਹਾਂਜੀ ਕੀ ਨਾਮ ਭਾਜੀ ਆਪਣਾ ਸਰਬਜੀਤ ਸਿੰਘ ਇਸ ਜੀ ਸਰਬਜੀਤ ਸਿੰਘ ਭਾਜੀ ਤੁਸੀਂ ਇੱਥੇ ਆਏ ਚਰਨਜੀਤ ਸਿੰਘ ਦੇ ਘਰ ਇੱਥੇ ਬਲਾਤਕਾਰ ਦਾ ਕੋਈ ਦਰਖਾਸਤ ਆਇਆ SSP ਨੂੰ ਦਿੱਤੀ ਸ਼ਰਨਜੀਤ ਕੌਰ ਨੂੰ ਜੀ ਤੁਸੀਂ ਘਰ ਆਏ ਉਹਦੇ ਘਰ ਹੈਗਾ ਨਹੀਂਗਾ ਨਹੀਂ ਜੀ ਮਿਲਦਾ ਨਹੀਂ ਪਿਆ ਕਿੰਨੇ ਦਿਨ ਹੋ ਗਏ ਜੀ ਇਹਨੂੰ 4-5 ਦਿਨ ਤੋਂ ਹੁਣ ਤੁਹਾਡੇ ਕੋਲ ਦਰਖਾਸਤ ਹੈ ਜਿਹੜੀ SSP ਦੀ ਅਤੇ DSP ਦੀ ਨੰਬਰੀ ਮਾਰਗ ਹੋਈ ਫਿਰ ਕੀ ਕਾਰਵਾਈ ਕਰੋਗੇ ਫਿਰ ਜੋ ਬਣਦੀ ਕਾਰਵਾਈ ਕਰ ਦਿੰਦੇ ਜੀ ਅਤੇ ਘਰ ਕਿੰਨੀ ਵਾਰੀ ਆ ਚੁੱਕੇ ਤੁਸੀਂ ਮੈਂ ਘੱਟ ਤੋਂ ਘੱਟ 10 ਜੀ ਆ ਚੁੱਕਾ ਹਾਂ ਅੱਛਾ ਜੀ ਘਰ ਨਹੀਂ ਮਿਲਦਾ ਕੋਈ ਨਿਆਂ ਨਹੀਂ ਦਿੰਦੇ ਘਰੋਂ ਗਾਇਬ ਆ ਹਾਂਜੀ ਫਿਰ ਜੋ ਕਾਨੂੰਨ ਕਾਰਵਾਈ ਹੋਈ ਉਹ ਕਰੋਗੇ ਬਿਲਕੁਲ ਜੀ